ਅੱਜ ਅਸੀਂ ਲੰਗਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਿੱਖ ਮਤ ਵਿੱਚ ਲੰਗਰ ਦੀ ਡੈਫੀਨੇਸ਼ਨ ਕੀ ਹੈ ਇਸ ਦੇ ਪਿੱਛੇ ਫਿਲਾਸਫੀ ਕੀ ਹੈ ਆਮ ਕਰਕੇ ਹਰ ਸਿੱਖ ਇਹ ਸਮਝਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਵੀਰਪੇ ਦਾ ਲੰਗਰ ਵਰਤਾਤਾ ਕੁਝ ਜੋਗਿਆ ਨੂੰ ਜਾਂ ਸਾਧੂਆਂ ਨੂੰ ਭੁੱਖਿਆ ਨੂੰ ਐਸਾ ਨਹੀਂ ਹੈ ਗੁਰੂ ਨਾਨਕ ਸਾਹਿਬ ਦਾ ਲੰਗਰ ਹਰ ਉਸ ਸੰਗਤ ਵਿੱਚ ਵਰਤਾਇਆ ਜਾਂਦਾ ਸੀ ਇਸ ਦਾ ਮੂਲ ਮਕਸਦ ਇਹ ਹੁੰਦਾ ਸੀ ਕਿ ਜਿਨੇ ਸਤਸੰਗੀ ਆਏ ਹਨ ਇਹਨਾਂ ਸਤਸੰਗੀਆਂ ਦੇ ਸਤਸੰਗ ਕਰਨ ਤੋਂ ਬਾਅਦ ਘਰ ਵਿੱਚ ਜਾ ਕੇ ਲੰਗਰ ਬਣਾਉਣ ਦੀ ਮਾਤਾਵਾਂ ਪੈਣਾ ਨੂੰ ਚਿੰਤਾ ਨਾ ਹੋਵੇ ਪਹਿਲਾ ਮਕਸਦ ਲੰਗਰ ਦਾ ਏ ਸੀ ਜੇ ਅਸੀਂ ਲੰਗਰ ਬਣਾ ਕੇ ਸਿਰਫ ਛੱਕ ਕੇ ਚਲੇ ਗਏ ਤੇ ਫਿਰ ਉਸ ਦਾ ਮੂਲ ਮਕਸਦ ਲੰਗਰ ਦਾ ਗੁਰਬਾਣੀ ਸੁਣਨ ਦਾ ਸਤਸੰਗ ਕਰਨ ਦਾ ਉਹ ਖਤਮ ਹੋ ਜਾਂਦਾ ਹੈ ਕਈ ਲੋਕ ਸਿਰਫ ਲੰਗਰ ਬਣਾ ਕੇ ਜਾਂ ਲੰਗਰ ਛੱਕ ਕੇ ਗੁਰਦੁਆਰੇ ਤੋਂ ਚਲੇ ਜਾਂਦੇ ਹਨ ਉਸੇ ਨੂੰ ਉਹ ਪ੍ਰਸ਼ਾਦ ਸਮਝਦੇ ਹਨ ਅਸਲ ਪ੍ਰਸ਼ਾਦ ਗੁਰਬਾਣੀ ਸੀ ਅਸਲ ਪ੍ਰਸ਼ਾਦ ਗੁਰਬਾਣੀ ਨੂੰ ਜੀਣਾ ਸੀ ਅਸਲ ਲੰਗਰ ਜਿਹੜਾ ਹੈ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਗੁਰਕਾ ਲੰਗਰ ਗੁਰ ਸ਼ਬਦ ਵਿਚਾਰ ਅਸਲ ਗੁਰੂ ਦੇ ਸ਼ਬਦ ਦੀ ਵਿਚਾਰ ਲੰਗਰ ਸੀ ਲੇਕਿਨ ਅਸੀਂ ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਗੁਰੂ ਦੇ ਸ਼ਬਦ ਨੂੰ ਸੁਣਨ ਨੂੰ ਗੁਰੂ ਦੇ ਸ਼ਬਦ ਨੂੰ ਗਾਉਣ ਨੂੰ ਜਾਂ ਗੁਰੂ ਦੇ ਸ਼ਬਦ ਦੇ ਵਿਚਾਰ ਤੇ ਤੁਰਨ ਨੂੰ ਮਹੱਤਵ ਨਹੀਂ ਦਿੱਤਾ ਗੁਰਬਾਣੀ ਮਨ ਬਚਨ ਕਰਮ ਕਰਕੇ ਅਸੀਂ ਪੜ੍ਹਨੀ ਸੀ ਜਿਹੜੀ ਮਨ ਬਚਨ ਕਰਮ ਕਰਕੇ ਅਸੀਂ ਗੁਰਬਾਣੀ ਨਹੀਂ ਪੜ੍ਹਦੇ ਜਿਹੜੀ ਸਾਡੀ ਗਲਤੀ ਹੈ ਇਸ ਗਲਤੀ ਨੂੰ ਹਰ ਸਿੱਖ ਨੂੰ ਸੁਧਾਰਨਾ ਬੜਾ ਜ਼ਰੂਰੀ ਹੈ ਹੁਣ ਲੰਗਰ ਦਾ ਕਨਸੈਪਟ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਚੱਲੇ ਆ ਰਿਹਾ ਹੈ ਉਹ ਸਾਖੀ ਜਿਹੜੀ ਹੈ ਜਿਹੜੀ ਇਹ ਸਮਝਦੇ ਆਂ ਹਾਂ ਕਿ ਸਾਧੂਆਂ ਨੂੰ ਖੁਆਈ ਗਈ ਉਹ ਇਸ ਤਰ੍ਹਾਂ ਨਹੀਂ ਸੀ। ਪੁਰਾਤਨ ਸਾਖੀਆਂ ਜਿਹੜੀਆਂ ਹਨ ਜੇ ਅਸੀਂ ਪੜਾਂਗੇ ਜਾਂ ਭਾਈ ਮਨੀ ਸਿੰਘ ਜੀ ਦੇ ਗਿਆਨ ਰਤਨਾਵਲੀ ਤੂੰ ਪੜਾਂਗੇ ਉਹਨਾਂ ਵਿੱਚ ਕਿਸੇ ਸਾਧੂ ਦਾ ਜ਼ਿਕਰ ਨਹੀਂ ਆਂਦਾ ਹੈ। ਜਿਸ ਤਰ੍ਹਾਂ ਕਿ ਅੱਜ ਪੰਜਾਬ ਦੇ ਵਿੱਚ ਕੁਝ ਮਜ਼ਦੂਰ ਆ ਕੇ ਮਜ਼ਦੂਰੀ ਕਰਦੇ ਨੇ ਤੇ 10 12 15 ਇਕੱਠੇ ਰਹਿੰਦੇ ਨੇ ਉਹ ਇੱਕੋ ਜਗ੍ਹਾ ਖਾਣਾ ਬਣਾ ਕੇ ਵੀ ਖਾਂਦੇ ਨੇ। ਇਸੇ ਤਰ੍ਹਾਂ ਉਹਨਾਂ ਦੇ ਸ਼ਹਿਰ ਨਨਕਾਣੇ ਵਿੱਚ ਜਿਸ ਨੂੰ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਰਾਏ ਬੁਲਾਰ ਦੀ ਤਲਵੰਡੀ ਵੀ ਕਿਹਾ ਜਾਂਦਾ ਸੀ ਰਾਏ ਭੋਏ ਦੀ ਤਲਵੰਡੀ ਵੀ ਕਿਹਾ ਜਾਂਦਾ ਸੀ ਉਸ ਦੇ ਨੇੜੇ ਵੀ ਕੁਝ ਮਜ਼ਦੂਰ ਆ ਕੇ ਕੰਮ ਕਰਦੇ ਸਨ ਤੇ ਉਹ ਇਕੱਠੇ ਰਹਿੰਦੇ ਸਨ ਇਸ ਤਰ੍ਹਾਂ ਦਾ ਕਈ ਵਾਰੀ ਮਾਹੌਲ ਬਣਦਾ ਹੈ ਅੱਜ ਵੀ ਬਣਦਾ ਹੈ ਕਿ 15-15 ਦਿਨ ਬਾਰਿਸ਼ ਹੋ ਜਾਂਦੀ ਹੈ 12-12 ਦਿਨ ਬਾਰਿਸ਼ ਹੁੰਦੀ ਹੈ ਤੇ ਬਾਰਸ਼ਾਂ ਵਿੱਚ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਦਾ ਖਾਣਾ ਖਤਮ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਉਹਨਾਂ ਨਾਲ ਉਹ ਧਰਮ ਦੀ ਵਿਚਾਰ ਦੇ ਲੋਕ ਸਨ ਉਹ ਮਜ਼ਦੂਰ ਹੁੰਦਿਆ ਹੋਇਆ ਵੀ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਸਨ ਜੀਣ ਦੀ ਕੋਸ਼ਿਸ਼ ਕਰਦੇ ਸਨ ਤੇ ਗੁਰਨਾਨਕ ਪਾਤਸ਼ਾਹ ਜਦੋਂ ਦਰੁਲੰਘ ਦੇ ਸਨ ਉਹਨਾਂ ਨਾਲ ਬੈਠ ਕੇ ਉਸ ਪ੍ਰਮਾਤਮਾ ਦੀ ਗੱਲ ਉਹਨਾਂ ਨੂੰ ਸਮਝਾਉਣ ਦੀ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਸਨ ਜਿਸ ਦਿਨ ਉਹ ਉਥੋਂ ਜਾ ਰਹੇ ਸਨ ਤੇ ਸੌਦਾ ਲੈਣ ਉਹਨਾਂ ਨੇ ਜਾਣਾ ਸੀ ਉਹ ਘਰ ਤੋਂ ਪੈਸੇ ਲੈ ਕੇ ਆਏ ਸਨ ਉਸ ਟਾਈਮ ਪੈਸੇ ਨਹੀਂ ਚੱਲਦੇ ਸਨ ਵੀ ਰੁਪਈਏ ਨਹੀਂ ਚੱਲਦੇ ਸਨ ਉਸ ਟਾਈਮ ਟਕੇ ਚਲਦੇ ਸਨ ਅਸਰਫੀਆਂ ਚਲਦੀਆਂ ਸਨ ਉਸ ਟਾਈਮ ਉਸ ਦਾ ਨਾਂ ਕੁਝ ਹੋਰ ਸੀ ਅੱਜ ਦੇ ਪੈਸੇ ਜਾਂ ਰੁਪਈਏ ਦਾ ਨਾਂ ਨਹੀਂ ਸੀ ਇਹ ਸਿੰਬੋਲਿਕ ਹੈ ਸਾਨੂੰ ਸਮਝਾਉਣ ਵਾਸਤੇ ਲੋਕਾਂ ਨੇ ਵੀ ਰੁਪਈਆ ਦਾ ਲੰਗਰ ਚਲਾਇਆ ਹੁਣ ਉਹ ਇਸ ਕਰਕੇ ਉਹਨਾਂ ਨੇ ਦੇਖਿਆ ਪੁੱਛਿਆ ਕਿ ਤੁਸੀਂ ਲੰਗਰ ਨਹੀਂ ਬਣਾਇਆ ਕਹਿੰਦੇ ਕਿ ਅਸੀਂ 10 ਦਿਨ ਹੋ ਗਏ ਕੋਈ ਕੰਮ ਨਹੀਂ ਮਿਲਿਆ ਸਾਡੇ ਕੋਲ ਲੰਗਰ ਸਮਾਪਤ ਹੋ ਗਿਆ ਉਸ ਟਾਈਮ ਉਹ ਜਿਹੜੇ ਉਹਨਾਂ ਨੇ ਘਰੋਂ ਪੈਸੇ ਲਿਆਂਦੇ ਸਨ ਜਾ ਜਿਹੜੇ ਰਸਦ ਖਰੀਦਣ ਲਈ ਧਣ ਲਿਆਂਦਾ ਸੀ ਉਹਨਾਂ ਨੂੰ ਉੱਥੋਂ ਧਣ ਰਸਦ ਲਿਆ ਕੇ ਦਿੱਤੀ ਅਨਾਜ ਲਿਆ ਕੇ ਦਿੱਤਾ ਭੋਜਨ ਦਾ ਸਮਾਨ ਲਿਆ ਕੇ ਦਿੱਤਾ ਤੇ ਉਹਨਾਂ ਨੂੰ ਇਹ ਕਿਹਾ ਕਿ ਆ ਤੁਸੀਂ ਲੰਗਰ ਆਪ ਵੀ ਛਕੋ ਤੇ ਹੋਰ ਵੀ ਇੱਥੇ ਜਿਹੜੇ ਮਜ਼ਦੂਰ ਆਏ ਹੋਣਗੇ ਉਹਨਾਂ ਨੂੰ ਵੀ ਬੁਲਾ ਕੇ ਛਕਾਓ ਤੇ ਜਦ ਤੱਕ ਹੁਣ ਬਾਰਿਸ਼ हट ਜਾਏਗੀ ਫਿਰ ਤੁਹਾਨੂੰ ਕੰਮ ਮਿਲ ਜਾਏਗਾ ਤੇ ਤੁਸੀਂ ਉਹ ਉਸ ਟਾਈਮ ਖਾਣਾ ਆਪਣਾ ਪ੍ਰਬੰਧ ਕਰ ਲੈਣਾ ਇਸ ਦਾ ਮਕਸਦ ਹੀ ਹੋਇਆ ਕਿ ਗੁਰਨਾਨਕ ਦੇ ਘਰ ਵਿੱਚ ਵੇਲੜਾ ਨੂੰ ਲੰਗਰ ਨਹੀਂ ਛਕਾਇਆ ਜਾਂਦਾ ਖਲ ਫालतू ਬੰਦਿਆਂ ਨੂੰ ਜਿਹੜੇ ਜਿਹੜੇ ਕੰਮ ਨਹੀਂ ਕਰਦੇ ਨਕਾਰਾ ਬੰਦੇ ਨੇ ਉਹਨਾਂ ਨੂੰ ਲੰਗਰ ਛਕਾਣ ਦੀ ਵਿਰਤੀ ਨਹੀਂ ਹੈ ਇਸ ਨੂੰ ਸਿੱਖ ਨੂੰ ਸਮਝਣਾ ਪਵੇਗਾ ਕਿਉਂਕਿ ਸਿੱਖ ਦਾ ਸਿਧਾਂਤ ਗੁਰਨਾਨਕ ਪਾਤਸ਼ਾਹ ਦੇ ਇਹ ਤਿੰਨ ਅਸੂਲਾਂ ਤੇ ਖੜਾ ਹੈ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਇਹ ਤਿੰਨ ਸਿਧਾਂਤ ਜਿਹੜੇ ਹਨ ਨਾਮ ਜਪਣ ਦੇ ਵੱਲ ਪ੍ਰੇਰਿਤ ਕਰਦੇ ਹਨ ਕਿਉਂਕਿ ਕਿਸੇ ਦੇ ਅ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਉਸਦੇ ਨਾਲ ਸਾਂਝ ਪਾਣੀ ਇੱਕ ਵੱਖਰੀ ਚੀਜ਼ ਹੈ ਕੋਈ ਪਰਿਵਾਰ ਕੋਈ ਅਮੀਰ ਪਰਿਵਾਰ ਵੀ ਜੇ ਟੁੱਟ ਜਾਂਦਾ ਹੈ ਤੇ ਉਹ ਫਿਰ ਮੰਗਣ ਨਹੀਂ ਆਂਦਾ ਤੇ ਅਸੀਂ ਉਸ ਨੂੰ ਐਨਲਿਸਿਸ ਕਰਕੇ ਉਸ ਦੀ ਹੈਲਪ ਕਰ ਸਕਦੇ ਆ ਇੱਥੇ ਅਮੀਰ ਜਾਂ ਗਰੀਬ ਦੀ ਗੱਲ ਨਹੀਂ ਹੈ ਇੱਥੇ ਮਨੁੱਖਤਾ ਦੀ ਗੱਲ ਹੈ ਇਨਸਾਨੀਅਤ ਦੀ ਗੱਲ ਹੈ ਹਿਊਮਨ ਵਿੰਗਸ ਦੀ ਗੱਲ ਹੈ ਇਸ ਨੂੰ ਸਮਝਣਾ ਪਵੇਗਾ ਜਦ ਅਸੀਂ ਕਹਿੰਦੇ ਹਾਂ ਕਿ ਖਰੀ ਗਰੀਬਾਂ ਨੂੰ ਲੰਗਰ ਛਕਾਣਾ ਤੇ ਅਸੀਂ ਇੱਕ ਤਬਕੇ ਤੱਕ ਸੀਮਤ ਹੋ ਜਾਂਦੇ ਹਾਂ ਸਾਨੂੰ ਪੂਰੀ ਮਨੁੱਖਤਾ ਦੇ ਵੱਲ ਦੇਖਣਾ ਪਏਗਾ ਮਨੁੱਖਤਾ ਦੇ ਜੀਵਨ ਜਾਚ ਨੂੰ ਦੇਖਣਾ ਪਏਗਾ ਤੇ ਲੰਗਰ ਦੀ ਪ੍ਰਥਾ ਵਿੱਚ ਇੱਕ ਤੇ ਮਕਸਦ ਇਹ ਹੈ ਕਿ ਅਸੀਂ ਸਾਰਿਆਂ ਦੇ ਵਿੱਚ ਉਸ ਭਾਵਨਾ ਨੂੰ ਪੈਦਾ ਕਰਨਾ ਹੈ ਕਿ ਅਸੀਂ ਸਾਰਿਆਂ ਨੇ ਰਲ ਕੇ ਰਹਿਣਾ ਹੈ ਇੱਕ ਮਨੁੱਖ ਹੋ ਕੇ ਰਹਿਣਾ ਹੈ ਹੁਣ ਇਕੱਠਿਆਂ ਲੰਗਰ ਜਦ ਛਕਦੇ ਹਾਂ ਤਦ ਇੱਕ ਪੰਗਤੀ 'ਚ ਬੈਠ ਕੇ ਜਿਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਪਹਿਲਾ ਲੰਗਰ ਪਾਛੇ ਸੰਗਤ ਦਾ ਸਿਧਾਂਤ ਦੇਣ ਕੀਤਾ ਇਸ ਕਰਕੇ ਕੀਤਾ ਪੱਕਿਆਂ ਕੀਤਾ ਕਿ ਉੱਥੇ ਕਈ ਉੱਚੀਆਂ ਜਾਤ ਵਾਲੇ ਬੈਠ ਕੇ ਨੀਵੀਆਂ ਜਾਤ ਦੇ ਨਾਲ ਖਾਣਾ ਨਹੀਂ ਖਾਂਦੇ ਸਨ ਲੰਗਰ ਨਹੀਂ ਛਕਦੇ ਸਨ ਉਸ ਨੂੰ ਵੀ ਤੋੜਿਆ ਸਮਾਜ ਵਿੱਚ ਉਸਦੀ ਵੀ ਚੇਂਜਿੰਗ ਲਿਆਂਦੀ ਇਹ ਗੁਰੂ ਨਾਨਕ ਦਾ ਸਿਧਾਂਤ ਸੀ ਇਸ ਦੇ ਨਾਲ-ਨਾਲ ਲੰਗਰ ਪ੍ਰਥਾ ਵਿੱਚ ਬਰਤਨਾਂ ਦੀ ਸੇਵਾ ਇਸ ਨੂੰ ਇਸ ਕਰਕੇ ਕੀਤਾ ਗਿਆ ਕਿ ਸਾਰੇ ਧਰਮਾਂ ਦੇ ਸਾਰੀ ਜਾਤਾਂ ਦੇ ਸਾਰੇ ਮਨੁੱਖਾਂ ਦੇ ਅਮੀਰਾਂ ਗਰੀਬਾਂ ਦੇ ਸਭ ਦੇ ਅਸੀਂ ਬਰਤਨ ਸਾਫ਼ ਆਪਣੇ ਹੱਥ ਨਾਲ ਕਰਾਂਗੇ ਤੇ ਸਾਡੇ ਅੰਦਰ ਜਿਹੜੀ ਹੀਣ ਭਾਵਨਾ ਹੈ ਜਿਹੜੀ ਦੁਵੈਤ ਦੀ ਭਾਵਨਾ ਹੈ ਉਹ ਖਤਮ ਹੋਏਗੀ ਤੇ ਲੰਗਰ ਜਿਹੜਾ ਹੈ ਸਿਰਫ ਇਹ ਸਮਝਣਾ ਕਿ ਗਰੀਬਾਂ ਲਈ ਹੈ ਇਹ ਸਾਡੀ ਜਿਹੜੀ ਹੈ ਨਾ ਸਮਝੀ ਹੈ ਇਸ ਨਾ ਸਮਝੀ ਨੂੰ ਸੁਧਾਰਨਾ ਪੈਗਾ ਕਿਉਂਕਿ ਲੰਗਰ ਗੁਰੂ ਨਾਨਕ ਸਾਹਿਬ ਦੇ ਹਿਸਾਬ ਨਾਲ ਉਹ ਲੋਕਾਂ ਵਾਸਤੇ ਹੈ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਤਰੀਕੇ ਨਾਲ ਸਤਸੰਗ ਕਰਨ ਆਉਂਦੇ ਨੇ ਨਾਮ ਜਪਣਾ ਆਉਂਦੇ ਨੇ ਗੁਰਬਾਣੀ ਸਿੱਖਣਾ ਆਉਂਦੇ ਨੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਣਾਉਣ ਵਾਸਤੇ ਸਿੱਖਣ ਵਾਸਤੇ ਆਉਂਦੇ ਨੇ ਉਹਨਾਂ ਨੂੰ ਘਰ ਜਾ ਕੇ ਲੰਗਰ ਨਾ ਬਣਾਉਣਾ ਪਵੇ ਉਹ ਵੱਧ ਤੋਂ ਵੱਧ ਸਮਾਂ ਜਿਹੜਾ ਹੈ ਸਤਸੰਗਿਤ ਬਤੀਤ ਕਰ ਸਕਣ ਇਸ ਕਰਕੇ ਲੰਗਰ ਜਿਹੜਾ ਹੈ ਗੁਰੂ ਨਾਨਕ ਦੇਵ ਕਰ ਵਿੱਚ ਚਾਲੂ ਕੀਤਾ ਵਿਪਤਾ ਆਣ ਤੇ ਮੁਸੀਬਤ ਆਣ ਤੇ ਮਨੁੱਖਤਾ ਦੇ ਵਿੱਚ ਇਸ ਸੇਵਾ ਨੂੰ ਪਰਫੁਲਤ ਕੀਤਾ ਕਿ ਕਿਸੇ ਵੀ ਮੁਸੀਬਤ ਵਿੱਚ ਜਿੱਥੇ ਲੋਕ ਭੁੱਖੇ ਹੋਣ ਉਹਨਾਂ ਨੂੰ ਲੰਗਰ ਪਹੁੰਚਾਇਆ ਜਾ ਸਕੇ ਜਿੱਥੇ ਲੰਗਰ ਬਰਾਬਰੀ ਵਾਸਤੇ ਸਾਨੂੰ ਸਮਝ ਦਿੰਦਾ ਹੈ ਜਿੱਥੇ ਲੰਗਰ ਸਾਡੇ ਅੰਦਰੋਂ ਜਾਤ ਪਾਤ ਨੂੰ ਖਤਮ ਕਰਦਾ ਹੈ ਉਥੇ ਲੰਗਰ ਜਿਹੜਾ ਹੈ ਸਾਡੇ ਅੰਦਰੋਂ ਭੁੱਖ ਮਟਾਉਂਦਾ ਹੈ ਸਾਡੇ ਅੰਦਰੂ ਚਿੰਤਾ ਫਿਕਰ ਦੂਰ ਕਰਕੇ ਸਤਸੰਗ ਵਿੱਚ ਜੁੜਨ ਦੀ ਸਾਡੇ ਅੰਦਰ ਇੱਕ ਧਿਆਨ ਟਿਕਾਉਣ ਦਾ ਬੜਾ ਖੂਬਸੂਰਤ ਸਾਧਨ ਗੁਰੂ ਨਾਨਕ ਪਾਤਸ਼ਾਹ ਨੇ ਲਬਿਆ ਤੇ ਇੱਥੇ ਉਹ ਲੋਕ ਵੀ ਆ ਕੇ ਖਾਂਦੇ ਨੇ ਉਹ ਲੋਕ ਵੀ ਆ ਕੇ ਵਿਚਰਦੇ ਨੇ ਜਿਨ੍ਹਾਂ ਕੋਲ ਕੰਮ ਨਹੀਂ ਹੁੰਦਾ ਜਾਂ ਕੁਝ ਦਿਨਾਂ ਲਈ ਉਹਨਾਂ ਕੋਲ ਕੰਮ ਨਾ ਹੋਵੇ ਉਹਨਾਂ ਦੀ ਜ਼ਰੂਰਤ ਉਹਨਾਂ ਦੀ ਭੁੱਖ ਪੂਰੀ ਕੀਤੀ ਜਾ ਸਕਦੀ ਹੈ ਜਬ ਮੁਸਾਫਰ ਜਿਹੜਾ ਹੈ ਉਸ ਤੇ ਵਾਸੇ ਲੰਗਰ ਹੁੰਦਾ ਹੈ ਜਿਹੜਾ ਬਾਹਰੂ ਤਲਕੇ ਅਮੀਰ ਜਾਂ ਗਰੀਬ ਆਇਆ ਹੈ ਮੁਸਾਫਰ ਵੀ ਗੁਰੂ ਨਾਨਕ ਦੇ ਧਰਮਸਾਲ ਵਿੱਚ ਰੁਕਿਆ ਹੈ ਉਹਨਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਲੰਗਰ ਦੀ ਪਰਿਭਾਸ਼ਾ ਨੂੰ ਸਿੱਖ ਲਈ ਸਮਝਣਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ